ਗਲਤੀ ਹੋ ਜਾਂਦੀ ਸੀ ਮਾੜੀ ਮੋਟੀ ਜੀ ਕਿਸੇ ਦੇ ਕਿਸੇ ਮੁੰਡੇ ਤੋਂ ਜੀ ਚਾਹੇ ਸਾਬਣ ਲੱਗੀ ਰਹਿ ਗਈ ਜੀ ਕਿਸੇ ਦੇ ਕੱਪੜਿਆਂ ਤੋਂ ਵੱਧ ਸਾਬਣ ਲਾ ਦਿੱਤੀ ਜੀ ਕਿਸੇ ਤੋਂ ਚਮਚਾ ਡਿੱਗਿਆ ਜੀ ਤਾਂ ਵੀ ਕੁੱਟਮਾਰ ਕਰਦੇ ਜੀ ਸਰ ਸੱਤ ਦਿਨ ਮੈਨੂੰ ਦਵਾਈ ਦਿੱਤੀ ਹੈ ਜੀ ਉਹ ਗੋਲੀ ਮੂੰਹ ਕਹਿੰਦੇ ਮੂੰਹ ਅੱਡ ਗੋਲੀ ਰੱਖ ਦਿੰਦੇ ਸੀ ਪਾਣੀ ਪੀ ਲੈਂਦੇ ਸੀ ਬਸ 7 ਦਿਨ ਦਿੱਤੀ ਹੈ ਸਰ 7 ਦਿਨ ਤੋਂ ਬਾਅਦ ਦਵਾਈ ਬੰਦ ਕਰਤੀ ਸੀ ਤੁਸੀਂ ਕੋਈ ਮੁੱਖ ਦੀ ਵਿਰੋਧ ਨਹੀਂ ਕੀਤਾ ਉਹਨਾਂ ਦਾ ਵੀ ਸਾਨੂੰ ਕਿਉਂ ਮੋੜਦੇ ਕਿ ਹੱਥ ਪੈਰ ਬੰਦ ਹੱਥ ਪੈਰ ਦੀ ਤਾਂ ਚਲੋ ਛੱਡੋ ਹੀ ਗੱਲ ਅਸੀਂ ਬੋਲ ਹੀ ਨਹੀਂ ਸਕਦੇ ਇੰਨਾ ਡਰਾ ਦਿੰਦੇ ਸੀ ਉਹਦੀ ਮਿੰਟੀ ਕੁੱਟਣ ਲਾ ਦਿੰਦੇ ਸੀ ਫਿਰਦੇ ਜੀ ਅਸੀਂ ਐਂ ਵੀ ਕਹਿੰਦੇ ਵੀ ਇਹਨੂੰ ਕਿਉਂ ਕੁੱਟ ਰਹੇ ਹੋ ਉਹਦੀ ਸਾਡੇ ਡੰਡਾ ਫਿਰਦੇ ਉਹਨੂੰ ਛੱਡ ਦਿੰਦੇ ਜੀ ਸਾਡੇ ਡੰਡਾ ਫਿਰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਮਾਨਤਾ ਪ੍ਰਾਪਤ ਤੱਕ ਨਹੀਂ ਆ ਅਤੇ ਮੇਰੇ ਸਾਹਮਣੇ ਲੈ ਕੇ ਗਿਆ ਮੇਰੇ ਮੋਟਰਸਾਈਕਲ 'ਤੇ ਛੱਡ ਕੇ ਆਏ ਨੇ ਸਾਨੂੰ ਇਹ ਗੱਲੇ ਹੀ ਨਹੀਂ ਪਤਾ ਜੇ ਇੰਨਾ ਪਤਾ ਹੁੰਦਾ ਫਿਰ ਇਹ ਕਾਹਨੂੰ ਛੱਡਦੇ ਵਿਚਾਰੇ ਇਹ ਤਾਂ ਵਾਰ ਵਾਰ ਕਹਿੰਦੇ ਸੀ ਵੀ ਸਾਡੇ ਬੱਚੇ ਨੂੰ ਕੁਛ ਨੱਸ ਸਦਰ ਨਾ ਕਰੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਅੱਜ ਅਸੀਂ ਪਹੁੰਚ ਚੁੱਕੇ ਹਾਂ ਖੰਨਾ ਦੇ ਅਧੀਨ ਪੈਂਦੇ ਪਾਇਲ ਪਿੰਡ ਦੇ ਕੱਦੋਂ ਏਰੀਏ ਦੇ ਵਿੱਚ ਜਿੱਥੇ ਵਿਗਤ ਦਿਨੋਂ ਪਿਛਲੇ ਦਿਨੀ ਤੁਹਾਨੂੰ ਦੱਸਦੀ ਹੈ ਕਿ ਇੱਕ ਅੰਮ੍ਰਿਤਸਰ ਦਾ ਨੌਜਵਾਨ ਅਮਨਦੀਪ ਸਿੰਘ ਜਿਹਦੀ ਇੱਕ ਨਜਾਇਜ਼ ਤੌਰ 'ਤੇ ਬਣੇ ਨਸ਼ਾ ਮੁਕਤੀ ਕੇਂਦਰ ਗੁਰੂ ਕਿਰਪਾ ਵਿਦਿਆਲਿਆ ਨਾਲ ਚੱਲਦਾ ਤਸਵੀਰ ਤੁਹਾਨੂੰ ਦਿਖਾਊਂਗਾ ਪਹਿਲਾਂ ਪਿੱਛੇ ਇਹ ਉਹ ਨਜਾਇਜ਼ ਇਲੀਗਲ ਨਸ਼ਾ ਮੁਕਤੀ ਕੇਂਦਰ ਬਾਹਰ ਲਿਖਿਆ ਗੁਰੂ ਕਿਰਪਾ ਵਿਦਿਆਲਿਆ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਵੀ ਇਸ ਵਿਦਿਆਲਿਆ ਦੇ ਵਿੱਚ ਗੁਰਬਾਣੀਆਂ ਲੋਕਾਂ ਨੂੰ ਜੋੜ ਕੇ ਨਸ਼ਾ ਛੁੜਿਆ ਜਾਂਦਾ ਲੇਕਿਨ ਇਸ ਜਦੋਂ ਇਸ ਦੀ ਖਬਰ ਬਾਹਰ ਫੈਲਦੀ ਹੈ ਲੋਕ ਇੱਥੇ ਆਉਂਦੇ ਹੈ ਅਤੇ ਕਾਫੀ ਲੋਕ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਹੈ ਨਸ਼ਾ ਮੁਕਤੀ ਕੇਂਦਰ ਦੇ ਨਾਂ 'ਤੇ ਇਸ ਨੂੰ ਚਲਾਇਆ ਜਾ ਰਿਹਾ ਸੀ ਅਤੇ ਅੰਮ੍ਰਿਤਸਰ ਦਾ ਇੱਕ ਨੌਜਵਾਨ ਸੀ ਅਮਨਦੀਪ ਸਿੰਘ ਉਹਦੀ ਮੌਤ ਤੋਂ ਬਾਅਦ ਇਸ ਗੁਰੂ ਕਿਰਪਾ ਵਿਦਿਆਲਿਆ ਦਾ ਜਿਹੜਾ ਨਜਾਇਜ਼ ਤੌਰ 'ਤੇ ਨਸ਼ਾ ਮੁਕਤੀ ਕੇਂਦਰ ਖੋਲ੍ਹਿਆ ਗਿਆ ਸੀ ਉਸਦਾ ਖੁਲਾਸਾ ਹੁੰਦਾ ਆ ਖੁਲਾਸਾ ਪੁਲਿਸ ਕਰਦੀ ਹੈ ਪ੍ਰਸ਼ਾਸਨ ਸਿਹਤ ਵਿਭਾਗ ਹਰਕਤ 'ਚ ਆਉਂਦਾ ਆ ਔਰ ਹੁਣ ਤੱਕ ਉਸ ਨੌਜਵਾਨ ਅੰਮ੍ਰਿਤਸਰ ਜਿਹੜਾ ਰਹਿਣ ਵਾਲਾ ਅਮਨਦੀਪ ਉਹਦੀ ਹਜੇ ਤੱਕ ਡੈੱਡ ਬੋਡੀ ਯਾਨੀ ਕਿ ਲਾਸ਼ ਨਹੀਂ ਮਿਲੀ ਕਿਉਂਕਿ ਇਸ ਦੇ ਅੰਦਰ ਚਲਾਉਣ ਵਾਲੇ ਜਿਹੜੇ ਸੰਚਾਲਕ 4-5 ਸੰਚਾਲਕ ਹੈ ਜਿਨ੍ਹਾਂ ਵਿੱਚ ਮੇਨ ਅਮਨਪ੍ਰੀਤ ਸਿੰਘ ਨਾਮ ਦੱਸਿਆ ਜਾਂਦਾ ਬਾਬਾ ਕਿਹਾ ਜਾਂਦਾ ਉਹਨਾਂ ਨੂੰ ਉਹ ਜਿਹੜਾ ਮੁੱਖ ਦੋਸ਼ੀ ਹੈ ਉਹ ਇਹਨਾਂ ਨੌਜਵਾਨ ਤਸ਼ੱਦਦ ਕਰਦਾ ਸੀ ਕਾਫੀ ਕੁੱਟਮਾਰ ਕਰਦਾ ਸੀ ਅਤੇ ਉਸ ਨੌਜਵਾਨ ਦਾ ਕਸੂਰ ਇੰਨਾ ਸੀ ਕਿ ਉਹ ਨਸ਼ਾ ਛੁਡਾਉਣ ਵਾਸਤੇ ਇਸ ਕੇਂਦਰ ਵਿੱਚ ਆਇਆ ਹੋਇਆ ਸੀ ਅਤੇ ਰੋਟੀ ਆਪਣੀ ਮਰਜ਼ੀ ਨਾਲ ਖਾਣ 'ਤੇ ਇੱਥੋਂ ਦੇ ਨਜਾਇਜ਼ ਤੌਰ 'ਤੇ ਚਲਾਉਣ ਵਾਲੇ ਨਸ਼ਾ ਮੁਕਤੀ ਕੇਂਦਰ ਯਾਨੀ ਗੁਰੂ ਕਿਰਪਾ ਵਿਦਿਆਲਿਆ ਵਾਲਿਆਂ ਨੇ ਉਸ ਸ਼ਖਸ ਨੂੰ ਨੌਜਵਾਨ ਨੂੰ ਮਾਰ ਮਾਰ ਕੇ ਉਹਨੂੰ ਨਹਿਰ ਸਿੱਟਤਾ ਜਿਹਦੀ ਹਜੇ ਤੱਕ ਪੁਲਿਸ ਨੂੰ ਉਹਦੀ ਡੈੱਡ ਬੋਡੀ ਯਾਨੀ ਕਿ ਲਾਸ਼ ਨਹੀਂ ਮਿਲੀ ਤਾਂ ਉਸਦਾ ਭਰਾ ਜਦੋਂ ਇੱਥੇ ਆਉਂਦਾ ਆ ਅਮਨਦੀਪ ਦਾ ਮ੍ਰਿਤਕ ਦਾ ਭਰਾ ਅਮਨਦੀਪ ਜਦੋਂ ਬਾਹਰੋਂ ਆਉਂਦਾ ਆ ਉਹ ਇਸ 'ਤੇ ਪਤਾ ਕਰਦਾ ਵੀ ਇਹਦਾ ਭਰਾ ਕਿੱਥੇ ਤਾਂ ਇੱਥੇ ਦੇ ਵਿਦਿਆਲੇ ਵਾਲੇ ਜਿਹੜੇ ਸੰਚਾਲਕ ਹੈ ਅਮਨਪ੍ਰੀਤ ਸਿੰਘ ਦੇ ਹੋਰ 4 ਬੰਦੇ ਹੋਰ ਕਹਿੰਦੇ ਵੀ ਉਹਦਾ ਭਰਾ ਇੱਥੋਂ ਭੱਜ ਗਿਆ ਇਸੇ ਹਾਦਸੇ ਪਹਿਲਾਂ ਉਹਦੀ ਜਦੋਂ ਮਿਲਣ ਨਹੀਂ ਆਉਂਦਾ ਤਾਂ ਉਹਦੀ ਮਾਂ ਵੀ 5 ਜੂਨ ਨੂੰ ਡੈੱਥ ਹੋ ਜਾਂਦੀ ਯਾਨੀ ਮ੍ਰਿਤਕ ਦੀ ਮਦਰ ਉਹਦੀ ਵੀ ਡੈੱਥ 5 ਜੂਨ ਨੂੰ ਹੋ ਜਾਂਦੀ ਤਾਂ ਜਦੋਂ ਭਰਾ ਇੱਥੇ 9 ਤਰੀਕ ਨੂੰ ਮਿਲਣ ਆਉਂਦਾ ਤਾਂ ਉਸਨੂੰ ਸਾਰੀ ਇਸ ਨਜਾਇਜ਼ ਤੌਰ 'ਤੇ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਦਾ ਸੱਚ ਸਾਹਮਣੇ ਆਉਂਦਾ ਤਾਂ ਜਿਸ ਦੀ ਸ਼ਿਕਾਇਤ ਉਹ ਇੱਥੇ ਦੀ ਪੁਲਿਸ ਨੂੰ ਦਿੰਦਾ ਜਿਸ 'ਤੇ ਪੁਲਿਸ ਫੌਰਨ ਐਕਸ਼ਨ 'ਚ ਆਉਂਦੀ ਹੈ ਅਤੇ ਇਸ ਨਸ਼ਾ ਮੁਕਤੀ ਨਜਾਇਜ਼ ਤੌਰ 'ਤੇ ਚੱਲਦਾ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਰੇਡ ਕਰਦੀ ਹੈ ਛਾਣਬੀਨ ਕਰਦੀ ਤਾਂ ਇਸ ਸਾਰੇ ਮਾਮਲੇ 'ਤੇ ਪਰਦਾ ਉੱਠਦਾ ਅਤੇ 4 ਆਰੋਪੀਆਂ ਨੂੰ ਪੁਲਿਸ ਫੜ ਲੈਂਦੀ ਤਾਂ ਉਹਨਾਂ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਜਦਕਿ 5ਵਾਂ ਆਰੋਪੀ ਆ ਹਜੇ ਪੁਲਿਸ ਗ੍ਰਿਫਤ ਤੋਂ ਬਾਹਰ ਹੈ ਤਸਵੀਰ ਤੁਹਾਨੂੰ ਦੁਬਾਰਾ ਦਿਖਾ ਰਹੇ ਹਾਂ ਇਹ ਖੰਨਾ ਦੇ ਅਧੀਨ ਆਉਂਦੇ ਪਾਇਲ ਦਾ ਕੱਦੋਂ ਪਿੰਡ ਹੈਗਾ ਔਰ ਦੱਸ ਦਈਏ ਕਿ ਗੁਰੂ ਕਿਰਪਾ ਵਿਦਿਆਲਿਆ ਨੌਜਵਾਨ ਇੱਥੇ ਆਉਂਦੇ ਆ ਔਰ ਇੱਥੇ ਨਸ਼ਾ ਛੁਡਾਉਣ ਵਾਸਤੇ ਆਉਂਦੇ ਸੀ ਲੇਕਿਨ ਇੱਥੇ ਅੰਦਰ ਪਿਕਚਰ ਕੁਛ ਹੋਰ ਹੀ ਚੱਲਦੀ ਸੀ ਪੈਸੇ ਲਏ ਜਾਂਦੇ ਸੀ ਔਰ ਕੁੱਟਿਆ ਜਾਂਦਾ ਸੀ ਮਾਰ ਕੁੱਟ ਕੇ ਜਾਂਦੀ ਪੂਰੀ ਤਰ੍ਹਾਂ ਤਸ਼ੱਦਦ ਕੀਤੀ ਜਾਂਦੀ ਸੀ ਔਰ ਅਸੀਂ ਸੁਣਿਆ ਸੀ ਕਿ ਵੀ ਨੌਜਵਾਨ ਜਿਹੜੇ ਨਸ਼ਾ ਛੁਡਾਉਣ ਇੱਥੇ ਆਉਂਦੇ ਸੀ ਉਹਨਾਂ 'ਤੇ ਤਸ਼ੱਦਦ ਐਦੀ ਕੀਤੀ ਜਾਂਦੀ ਸੀ ਕਿੱਲਾਂ ਵਾਲੀ ਸਾਂਬਾ ਵਾਲੀ ਜਿਹੜੀ ਸਾਂਬਾ ਵਾਲੀ ਜਿਹੜੀ ਡਾਂਗ ਹੁੰਦੀ ਆ ਕਿੱਲਾਂ ਵਾਲੀ ਡਾਂਗ
उन्होंने कुट कुट के उन्होंने निशान पाए जाते सी और हत्थां पैरों के उपर सोटियां ने इन्नी मार दी कि उन्हें हाथ पैर सुज दे। आओ इस सारे मामले बारे इस पिंड के लोगों गलबात करते हैं तो उस नौजवान भी मिलते हैं जिहड़ा इस नजायज़ तौर पर नशा मुक्ति केंद्र तो बच के बाहर आके अज अमृतधारी बन गया सिर्फ थोड़े चार पाँच दिन अंदर ही। तो नौजवान इस नजायज़ तौर पर बने नशा मुक्ति केंद्र की सच्चाई असल सच्चाई की है अज तुहानू असी ग्राउंड रिपोर्ट तो पूरी तुहानू इसका पर्दा उठाते हैं। आओ उन्हां नौजवानां ते पिंड वालां गलबात करते हैं तो इस तो बाद असी लुधियाना दे सिविल सर्जन डॉक्टर हरतिंदर कौर नाल इस बारे मामले सारी गलबात करेंगे कि जिहड़े इस तरह के नजायज़ तौर पर जिहड़े नशा मुक्ति केंद्र खुलते तो प्रशासन वालों उन्हां ते की कार्रवाई। तो आओ जिहड़े नौजवान इस नशा नजायज़ तौर पर नशा मुक्ति केंद्र दाखिल सी ते उन्हां दे वल्लों गल करांगे ते जिहड़े इस पिंड दे लोक है उन्हां तों वी इस नजायज़ तौर पर बने नशा मुक्ति केंद्र बारे गलबात करते हैं। आखिर की कहना उन्हां दे जदों उन्हां नूं पता लगा भी उन्हां दे पिंड दे विच इदां दा नजायज़ तौर पर जिहड़ा नशा मुक्ति केंद्र खुल गया ते की कार्रवाई चाहते हैं और उन्हां नौजवानां वी गल करदा जिहड़ा इस नशा मुक्ति केंद्र विच दाखिल सी। ते इस दे नाल नाल असी लुधियाना दे सिविल सर्जन हरतिंदर कौर सोहल नाल वी गलबात करांगे और क्योंकि इदा के जोड़े नजायज़ तौर पर जोड़े नशा मुक्ति खुले आ उन्होंने प्रशासन द्वारा सेहत विभाग कि कार्रवाई होएगी तो कि कार्रवाई होनी चाहिए है। आओ गलबात करते हैं पिंड के लोगों पर उस नौजवान सो मौजूद है वो नौजवान जोड़ा इस जोड़ा नजायज़ तौर पर पायल के जोड़ा इलाका पैंता है कदों रोड के कोल एक गुरु कृपा विद्यालय जिथे नजायज़ तौर पर नशा मुक्ति केंद्र बन चुका सी जिथे पता नहीं किन्ने नौजवान अंदर सी। अज तुहानू असी ग्राउंड रिपोर्ट के उपर ग्राउंड रिपोर्ट तुहानू उस शख्स नाल मिलान जा रहे जिहड़ा खुद नशे छुड़ाने वास्ते इस गुरु कृपा जिहड़ा नजायज़ तौर पर इलीगल तौर पर बनाया गया सी उहदे विच दाखल सी तो मेना लेकिन अज एक नवा रूप उस नौजवान दिखाओ जिहड़ा हुणी अज ही 15 तरीक जिहड़ी अज हैगी आ अज उह अमृत छक के आया की सुनेहा देन लगा तुहानू मूंह जवानी गल दिखाने किस तरह के तसीए वह करते सी की नाम तुहाडा पूरा सतनाम सिंह है जी कितनी देर तो तुसी इस कड़े नशा मुक्ति रहे एक गुरु कृपा विद्यालय सी जी अच्छा जी अपने द्राहा रोड ते ही है जी हां जी ते गए क्यों सी उस अंदर गए सर नशे करदे सी जी अच्छा जी करदे ने तां चकाता सी जी हां जी ते कितनी देर ते अंदर रहे तुसी मैं तीजे महीने 20 तारीख नु गया सी जी अच्छा जी हां जी आ शनिवार नु जी लियाए सी करदे क्योंकि पहला दा मुंडा मर गया सी जी उह चक ले सी जी ਮੁੰਡਾ ਡੈਥ ਹੋ ਗਈ ਸੀ ਉੱਥੇ ਅੱਛਾ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਅੰਦਰ ਕੀ ਕਰਦੇ ਸੀ ਤੁਹਾਨੂੰ ਕਰਦੇ ਕੁੱਟਦੇ ਮਾਰਦੇ ਜ਼ਿਆਦਾ ਸੀਗੇ ਜੀ ਕੁੱਟਦੇ ਮਾਰਦੇ ਕਿਉਂ ਸੀ ਗਲਤੀ ਹੋ ਜਾਂਦੀ ਸੀ ਮਾੜੀ ਮੋਟੀ ਜੇ ਕਿਸੇ ਦੇ ਕਿਸੇ ਮੁੰਡੇ ਤੋਂ ਜੀ ਚਾਹੇ ਸਾਬਣ ਲੱਗੀ ਰਹਿ ਗਈ ਜੀ ਕਿਸੇ ਕੱਪੜਿਆਂ ਤੋਂ ਵੱਧ ਸਾਬਣ ਲਾਤੀ ਜੀ ਕਿਸੇ ਤੋਂ ਚਮਚਾ ਡਿੱਗ ਗਿਆ ਜੀ ਤਾਂ ਵੀ ਕੁੱਟ ਮਾਰ ਕਰਦੇ ਜੀ ਕਿਸੇ ਤੋਂ ਕਾਰਜ ਨਹੀਂ ਹੋਣਾ ਜੀ ਕਿਸੇ ਤੋਂ ਕੋਈ ਵੀ ਟਾਈਮ ਦਾ ਸਫਾਈ ਨਹੀਂ ਹੋਣੀ ਜੀ ਕੁੱਟਦੇ ਮਾਰਦੇ ਜ਼ਿਆਦਾ ਸੀਗੇ ਜੀ ਤੇ ਤੁਹਾਡੇ ਘਰ ਦੇ ਜਦੋਂ ਦਾਖਲ ਕਰਾਉਂਦੇ ਸੀ ਪੈਸਾ ਵੀ ਦਿੱਤਾ ਹੋਊਗਾ ਫੀ ਜਿਹੜੀ ਹੁੰਦੀ ਦਵਾਈਆਂ ਦੀ ਦਵਾਈਆਂ ਤੁਹਾਨੂੰ ਦਿੰਦੇ ਸੀ ਕਿਸ ਤਰ੍ਹਾਂ ਦਿੰਦੇ ਰੋਟੀ ਤੁਹਾਨੂੰ ਕਿਸ ਤਰ੍ਹਾਂ ਦਿੰਦੇ ਸੀ ਰੋਟੀ ਪਾਣੀ ਵੀ ਸਰ ਵਧੀਆ ਨਹੀਂ ਸੀਗਾ ਜੀ ਹੁਣ ਸਰ ਆਪਾਂ ਘਰੇ ਨੋਰਮਲੀ ਦਾਲ ਸਬਜ਼ੀ ਬਣਦੀ ਹੈ 28 ਜਣਿਆਂ ਦੀ ਉੱਥੇ ਬਣਦੀ ਸੀਗੀ ਜੀ ਆਪਾਂ ਨੋਰਮਲੀ 4-5 ਪਿਆਜ਼ ਤਾਂ ਜੀ ਆਪਾਂ ਘਰੇ ਪਾ ਲੈਂਦੇ ਹਾਂ ਜੀ 4-5 ਪਿਆਜ਼ ਉੱਥੇ ਸਾਰੇ 28 ਜਣਿਆਂ ਦੀ ਸਬਜ਼ੀ 'ਚ 5 ਪਿਆਜ਼ 1 ਕੜਛੀ ਤੇਲ ਦੀ 2-3 ਟਮਾਟਰ ਪੈਂਦੇ ਹੁੰਦੇ ਸੀਗੇ ਜੀ ਜਮਾਂ ਹੀ ਦਾਲ ਪਾਣੀ ਜਮਾਂ ਹੀ ਪਾਣੀ ਆਉਂਦੀ ਸੀ ਦਾਲ ਸੁੱਕੇ ਦੁੱਧ ਚਾਹ ਬਣਦੀ ਸੀਗੀ ਜੀ ਉਹ ਸੁੱਕੇ ਦੁੱਧ ਦੀ ਬਣਦੀ ਸੀ ਛੋਟੇ ਚਮਚੇ ਦੇਖੇ ਸਰ ਤੁਸੀਂ ਕਹਿ ਜਾਂਦੇ ਆ ਘਰ 'ਚ 5 ਚਮਚੇ ਉਹ ਪਾਉਂਦੇ ਹੁੰਦੇ ਜੀ ਜਮਾਂ ਹੀ ਪਾਣੀ ਚਾਹ ਪਾਣੀ ਜਮਾਂ ਹੀ ਪਾਣੀ ਸਰ ਮਿੱਠਾ ਉਹਦੇ 'ਚ ਹੈ ਨਹੀਂ ਗਾ ਜੀ ਕਹਿੰਦੇ ਤੁਹਾਨੂੰ ਖਾਜ ਪੈ ਜੂਗੀ ਜੀ ਹਾਂਜੀ ਦਾਖਲ ਜਦੋਂ ਅੰਦਰ ਤੁਸੀਂ ਆਉਂਦੇ ਸਵੇਰ ਦੀ ਰੂਟੀਨ ਕੀ ਹੁੰਦੀ ਸੀ ਅਤੇ ਜਿਹੜੇ ਉਹ ਬੰਦੇ ਜਿਹੜੇ ਆਰੋਪੀ ਜਿਹੜੇ ਇਸ ਟਾਈਮ 4 ਬੰਦੇ ਜਿਹੜੇ ਜੇਲ੍ਹ 'ਚ ਅੰਦਰ ਪੁਲਿਸ ਦੀ ਕਸਟਡੀ ਵਿੱਚ ਹੈਗੇ ਆ ਕਿਸ ਤਰ੍ਹਾਂ ਦੇ ਤੁਹਾਡੇ ਤਸੀਏ ਕਰਦੇ ਸੀ ਕਿੱਦਾਂ ਤੁਹਾਨੂੰ ਕਿੱਦਾਂ ਮਾਰਕੁੱਟ ਕਰਦੇ ਕਾਰਨ ਕੀ ਹੁੰਦੇ ਸੀ ਕਿਸ ਤਰ੍ਹਾਂ ਤੁਹਾਨੂੰ ਦਵਾਈਆਂ ਕਿਸ ਤਰ੍ਹਾਂ ਦਿੰਦੇ ਸੀ ਕਿੱਦਾਂ ਇਲਾਜ ਤੁਹਾਡਾ ਕਿੱਦਾਂ ਕਰਦੇ ਸੀ ਇਲਾਜ ਸਰ 7 ਦਿਨ ਮੈਨੂੰ ਦਵਾਈ ਦਿੱਤੀ ਹੈ ਜੀ ਉਹ ਗੋਲੀ ਖਾ ਮੂੰਹ ਕਹਿੰਦੇ ਮੂੰਹ ਅੱਡ ਗੋਲੀ ਰੱਖ ਦਿੰਦੇ ਸੀ ਪਾਣੀ ਪੀ ਲੈਂਦੇ ਸੀਗੇ ਜੀ ਬਸ 7 ਦਿਨ ਦਿੱਤੀ ਹੈ ਸਰ 7 ਦਿਨ ਤੋਂ ਬਾਅਦ ਦਵਾਈ ਬੰਦ ਕਰਤੀ ਸੀ ਉਹਨਾਂ ਨੇ ਦਵਾਈ ਇੱਕ ਦਿਨ ਇੱਕ ਟਾਈਮ ਦਿੰਦੇ ਸੀ ਕਿ ਇੱਕ ਟਾਈਮ ਦਵਾਈ ਗੋਲੀ ਦਿੰਦੇ ਸੀ ਇੱਕ ਬਸ ਸਭ ਕੁਝ ਹੀ ਦਿੰਦੇ ਨਾ ਜੀ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਰਾਤੀ ਕੀ ਦਿੰਦੇ ਸੀ ਨਾਸ਼ਤਾ ਸਵੇਰੇ ਜੀ ਨਿਤਨੇਮ ਕਰਕੇ ਜੀ ਨਿਤਨੇਮ ਦੀ ਬਾਣੀ ਪੜ੍ਹ ਕੇ ਵਾਰ 9:30 ਵਜੇ ਦੇ ਕਦੇ ਵਾਰ 8 ਵੱਜ ਜਾਂਦੇ ਸੀਗੇ ਜੀ
तीन प्रशादे देंदे होंदे सीगे चाह ना जी उही चाह ना तीन प्रशादे जिहड़े कल दे रात दे बने पए होंदे सीगे जी उही प्रशादे देंदे जी बेहे प्रशादे मिठे प्रशादे सवेरे देंदे जी बासी रोटी दिंदे हाँ जी बासी रोटी ਤੇ ਦੁਪਹਿਰੇ ਦੁਪਹਿਰੇ ਬਣਦੀ ਸੀਗੀ ਜੀ ਰੋਟੀ ਅੱਛਾ ਹਾਂਜੀ ਤੇ ਰੋਟੀ ਜਿਹੜੀ ਮਿਲਦੀ ਸੀ ਤਿੰਨ ਟਾਈਮ ਉਹ ਪੂਰਾ ਪਰ ਪੇਟ ਮਿਲਦੀ ਸੀ ਕਿ ਉਹ 'ਚ ਵੀ ਕਮੀਆਂ ਸੀ ਜਾਂ ਦਿੰਦੇ ਨਹੀਂ ਸੀ ਪਰ ਪੇਟ ਮਿਲਦੀ ਸੀਗੀ ਪਰ ਦਾਲ ਸਬਜ਼ੀ ਦੀ ਕੱਚ ਹੈਗੀ ਸੀ ਚਾਹ ਦੀ ਕੱਚ ਸੀਗੀ ਜਿਹੜੀ ਵਧੀਆ ਨਹੀਂ ਕੀ ਅੰਦਰ ਕੀ ਮੈਸੇਜ ਕੀ ਦਿੰਦੇ ਜਦੋਂ ਤੁਸੀਂ ਮਿਲਣਾ ਹੋਵੇ ਆਪਣੇ ਮਾਤਾ ਪਿਤਾ ਨਾਲ ਮਿਲਣਾ ਹੁੰਦਾ ਸੀ ਤਾਂ ਕਿੱਦਾਂ ਮਿਲਦੇ ਸੀ ਕਿੱਦਾਂ ਕਦੋਂ ਮਿਲਦੇ ਸੀ ਕਦੋਂ ਤੁਹਾਡੇ ਆਉਂਦੇ ਕਦੋਂ ਸੀ ਤੁਹਾਡਾ ਮਾਤਾ ਪਿਤਾ ਕਹਿੰਦੇ ਸੀਗੇ ਜੀ 45 ਦਿਨ ਬਾਅਦ ਮੀਟਿੰਗ ਹੁੰਦੀ ਹੈ ਜੀ 45 ਦਿਨ ਬਾਅਦ ਮੀਟਿੰਗ ਕਰਾਉਂਦੇ ਹੁੰਦੇ ਸੀ ਅੱਛਾ ਪਹਿਲੀ ਵਾਰੀ ਹਾਂਜੀ ਪਹਿਲੀ ਵਾਰ 45 ਦਿਨ ਤੋਂ 45 ਦਿਨ ਤੁਹਾਡੇ ਮਾਤਾ ਪਿਤਾ ਨੂੰ ਮਿਲਣ ਆਏ ਹਾਂਜੀ ਆਏ ਸੀਗੇ ਜੀ ਕਿੱਦਾਂ ਮਿਲੇ ਤੁਹਾਨੂੰ ਮਿਲਣ ਦਾ ਟਾਈਮ ਹਾਂਜੀ ਟਾਈਮ ਤੇ ਨਹੀਂ ਇਹਨਾਂ ਨੂੰ ਕਹੀ ਗਏ ਇਹਨਾਂ ਨੇ ਦੱਸਿਆ ਜੀ ਮੈਨੂੰ ਕਦੇ ਕਹਿੰਦੇ ਵੀ 5 ਵਜੇ ਆ ਜਾਓ ਜੀ 4 ਵਜੇ ਆ ਜਾਓ ਫਿਰ 7 ਵਜੇ ਆ ਜਾਓ ਫਿਰ 6 ਵਜੇ ਆ ਜਾਓ ਫਿਰ ਐਂਡ ਤੇ 7:30 ਦਾ ਟਾਈਮ ਦਿੱਤਾ ਜੀ ਫਿਰ 7:30 ਆਏ ਜੀ ਉਦਣ ਸਰ ਮੇਰੇ ਹੱਥ ਵੀ ਏਡੇ ਏਡੇ ਸੀਗੇ ਜਿੱਦਣ ਇਹ ਮਿਲਣ ਆਏ ਉਹ ਤੋਂ 2-3 ਦਿਨ ਪਹਿਲਾਂ ਸਰ ਡੰਡੇ ਮਾਰ ਕੇ ਸਰ ਮੇਰੇ ਪੈਰ ਵੀ ਏਡੇ ਏਡੇ ਕਰਤੇ ਸੀਗੇ ਜੀ ਪੈਰ ਵੀ ਏਡੇ ਏਡੇ ਕਰਤੇ ਜੀ ਸਰ ਮੇਰੇ ਨਹੀਂ ਮਾਰਦੇ ਕਿਉਂ ਕਾਰਨ ਕੀ ਤੁਹਾਨੂੰ ਕਿਉਂ ਮਾਰਦੇ ਹੋਰ ਬਾਕੀ ਹੋਰ ਕਿ ਸਭ ਨੂੰ ਮਾਰਦੇ ਸੀ ਹਾਂਜੀ ਵਿੱਚ ਮੁੰਡੇ ਹੈਗੇ ਜੀ ਬਹੁਤ ਜੀ ਬਾਕੀ ਬਾਕੀਆਂ ਦੇ ਬਿਆਨ ਵੀ ਤੁਸੀਂ ਲਿੱਤੇ ਹੋਣਗੇ ਜੀ ਬਾਕੀ ਮੁੰਡਿਆਂ ਨੂੰ ਵੀ ਕੁੱਟਦੇ ਕਿਉਂ ਸੀ ਕਾਰਨ ਕੀ ਸੀ ਉਸ ਤੋਂ ਇਲਾਵਾ ਸਾਬਣ ਜਾਲ ਲੱਗ ਗਏ ਇਹੀ ਕਾਰਨ ਸੀ ਬਸ ਨਹੀਂ ਨਹੀਂ ਸਰ ਅੱਜ ਮੈਂ ਕੋਈ ਵੀ ਮਾੜੀ ਮੋਟੀ ਗਲਤੀ ਹੋ ਜਾਂਦੀ ਸੀ ਇਹ ਤੇ ਕੁੱਟਦੇ ਤੇ ਇੱਕ ਮੁੰਡੇ ਸੀਗੇ ਜੀ ਦੋ ਇੱਕ ਬੱਲੂ ਮੁੰਡਾ ਜੀ ਉਹਨੇ ਜੀ ਨਜਾਇਜ਼ ਨੋ ਲੈਤਾ ਜੀ ਸਾਡਾ ਦੋ ਜਣਿਆਂ ਦਾ ਵੀ ਇਹ ਭੱਜਣ ਨੂੰ ਫਿਰਦੇ ਨੇ ਉਹ 12-12 ਫੁੱਟ ਦੀਆਂ ਕੰਧਾਂ ਨੇ ਜੀ ਭੱਜ ਕੇ ਅਸੀਂ ਜਾਣਾ ਕਿੱਥੇ ਆ ਘਰੇ ਜਾਵਾਂਗੇ ਘਰਦਿਆਂ ਨੇ ਫਿਰ ਉਰੇ ਚੁਕਾ ਦੇਣਾ ਸੀਗਾ ਜੀ ਹਾਂਜੀ ਉਰੇ ਪੈਲ 'ਚ ਸ਼ਹਿਰ ਦੇ ਆ ਜੀ ਭੱਜਣਾ ਕੀ ਸੀਗਾ ਜੀ ਸਾਨੂੰ ਜੀ ਸਾਰੀ ਰਾਤ ਸਾਰਾ ਦਿਨ ਕੁੱਟੀ ਗਈ ਕਿੰਨੇ ਕੁ ਮੁੰਡੇ ਇੰਨਾ ਟੋਰਚਰ ਕੀਤਾ ਜੀ ਸਾਡੇ ਅੱਖਾਂ ਦੇ ਪੱਟੀਆਂ ਬੰਨ੍ਹ ਕੇ ਸਾਰੀ ਰਾਤ ਜੀ ਸਵੇਰ ਤੋਂ ਲੈ ਕੇ ਇਹ ਪ੍ਰਨੀਤ ਹੀ ਵਧਾਉਂਦਾ ਸੀਗਾ ਜੀ ਆਪਣੇ ਜਿਹੜੇ ਮੁੰਡੇ ਉਹਨੇ ਛੱਡੇ ਹੋਏ ਸੀ ਦੋ ਅੰਦਰ ਜੀ ਕੁੱਟਦੇ ਜੀ ਪ੍ਰਦੀਪ ਵਾਹਿਗੁਰੂ ਅਤੇ ਆਪਣੇ ਪ੍ਰਦੀਪ ਅਤੇ ਜੀ ਗਿੰਦਾ ਵਾਹਿਗੁਰੂ ਅਤੇ ਆਪਣੇ ਵਿੱਕੀ ਵਾਹਿਗੁਰੂ ਹੁੰਦੇ ਸੀ ਅੰਦਰ ਪ੍ਰਨੀਤ ਕੁੱਟਦਾ ਹੁੰਦਾ ਸੀ ਕੁੱਟਦੇ ਸੀ ਤੁਸੀਂ ਕੋਈ ਕਦੀ ਵਿਰੋਧ ਨਹੀਂ ਕੀਤਾ ਉਹਨਾਂ ਦਾ ਵੀ ਸਾਨੂੰ ਕਿਉਂ ਕੁੱਟਦੇ ਹੱਥ ਪੈਰ ਬੰਨ੍ਹ ਦਿੰਦੇ ਸੀ ਹੱਥ ਪੈਰ ਦੀ ਤਾਂ ਚਲੋ ਛੱਡੋ ਹੀ ਗੱਲ ਅਸੀਂ ਬੋਲ ਹੀ ਨਹੀਂ ਸਕਦੇ ਇੰਨਾ ਡਰਾ ਦਿੰਦੇ ਸੀ ਉਹਦੀ ਮਿੰਟੀ ਕੁੱਟਣ ਲਾ ਦਿੰਦੇ ਸੀ ਜੀ ਹਾਂਜੀ ਜੇ ਵਾਹਿਗੁਰੂ ਦਾ ਪਿਓ ਨਹੀਂ ਕਰਦੇ ਤਾਂ ਉੱਥੇ ਪ੍ਰਣਾਮ ਲੱਗ ਜਾਂਦਾ ਸੀਗਾ ਜੀ ਸਾਰੀ ਰਾਤ ਜੇ ਹਾਂ ਗੋਡਿਆਂ ਵਾਲੀ ਇਹਨੂੰ ਵੀ ਲਾ ਦਿਓ ਗੋਡਿਆਂ ਵਾਲੀ ਲੱਗ ਜਾਓ ਜੀ ਥੱਲੇ ਉੱਪਰ ਸਿੱਧੇ ਕਰਕੇ ਹੱਥ ਥੱਲੇ ਗੋਡੇ ਲਾ ਕੇ ਪਿੱਛੇ ਪੈਰ ਕਰਕੇ ਖੜੇ ਰਹੋ ਸਜਾ ਦਿੰਦੇ ਸੀ ਸਜਾ ਦਿੰਦੇ ਪੈਰ ਮੇਰੇ ਏਡੇ ਏਡੇ ਕਰਤੇ ਸੀਗੇ ਜੀ ਏਡੇ ਏਡੇ ਪੈਰ ਹੱਥ ਵੀ ਮੇਰੇ ਏਡੇ ਏਡੇ ਕਰਤੇ ਸੀਗੇ ਕੁੱਟ ਕੁੱਟ ਵਾਪਸ ਘਰ ਤੋਂ ਆਉਂਦੇ ਦੁਆਰਾ ਇਹ ਤੁਹਾਡਾ ਮੁੰਡਾ ਸੀ ਹਾਂਜੀ ਸਾਡਾ ਬੇਟਾ ਸੀ ਕੀ ਨਸ਼ਾ ਕੀ ਕਰਦਾ ਸੀ ਤੁਸੀਂ ਤੁਹਾਨੂੰ ਆਪਣੇ ਬੱਚੇ ਨੂੰ ਸੁਧਾਰਨ ਵਾਸਤੇ ਇੱਦਾਂ ਦੇ ਨਜਾਇਜ਼ ਜਿਹੜੇ ਬਣੇ ਆ ਕੀ ਤੁਹਾਨੂੰ ਪਤਾ ਸੀ ਨਜਾਇਜ਼ ਹੈ ਸਾਨੂੰ ਕੋਈ ਪਤਾ ਨਹੀਂ ਸੀ ਵੀ ਇਹ ਨਜਾਇਜ਼ ਹੈ ਇਹ ਕਹਿੰਦੇ ਗੁਰੂ ਵਿਦਿਆਲਾ ਵੀ ਇਹ ਬੱਚਿਆਂ ਨੂੰ ਸੁਧਾਰਨ ਲਈ ਹੈ ਅਸੀਂ ਇਸ ਕਰਕੇ ਛੱਡਿਆ ਵੀ ਅਸੀਂ ਇਹਨਾਂ ਨੂੰ ਬਹੁਤ ਚਿਰ ਤੋਂ ਜਾਣਦੇ ਸੀਗੇ ਵੀ ਇਹ ਬੱਚਿਆਂ ਨੂੰ ਨਹੀਂ ਮਾਰਨਗੇ ਅਸੀਂ ਕਹਿੰਦੇ ਵੀ ਰਹੇ ਵੀ ਬੱਚੇ ਨੂੰ ਮਾਰਨਾ ਨਹੀਂ ਹੈ ਉਹਨੂੰ ਪਿਆਰ ਨਾਲ ਸਮਝਾਓ ਕੀ ਨਾਮ ਤੁਹਾਡੇ ਬੱਚੇ ਦਾ ਨਾਮ ਕੀ ਸੀ ਬੱਚੇ ਦਾ ਨਾਮ ਸਤਨਾਮ ਸਿੰਘ ਸੀਗਾ ਮੇਰਾ ਨਾਮ ਦਰਸ਼ਨ ਸਿੰਘ ਹੈ ਮੈਂ ਆਪ ਚੁਕਵਾਇਆ ਸੀ ਇਹਨੂੰ ਕਹਿ ਕੇ ਇਹ ਨਸ਼ੇ ਕਰਨ ਲੱਗ ਗਿਆ ਸੀ ਚਿੱਟਾ ਲਾਉਣ ਲੱਗ ਗਿਆ ਸੀ ਸਾਰਾ ਕੁਝ ਕਰਨ ਲੱਗ ਗਿਆ ਸੀ ਫਿਰ ਜਦੋਂ ਤੁਸੀਂ ਦਾਖਲ ਕਰਾਇਆ ਕੁਛ ਪੈਸੇ ਵੀ ਦਿੱਤੇ ਉਹਨਾਂ ਨੂੰ ਇਹਨਾਂ ਨੂੰ 5,000 ਰੁਪਇਆ ਮਹੀਨਾ ਪੈਸੇ ਵੀ ਦਿੰਦੇ ਸੀ ਫਿਰ ਕਣਕ ਵੀ 40 ਕਿਲੋ ਦੇ ਕੇ ਆਇਆ ਮੈਂ ਇਹਨਾਂ ਨੂੰ ਕਾਹਦੇ ਵਾਸਤੇ ਵੀ ਚੱਲ ਬੱਚੇ ਖਾਂਦੇ ਨੇ ਸਾਡਾ ਬੱਚਾ ਵੀ ਖਾਂਦਾ ਹੋਰ ਵੀ ਨੇ ਫਿਰ ਮੈਂ ਮਲੇਰਕੋਟਲਿਓਂ ਬਕਾਇਦਾ ਆਪਣੇ ਭਾਈ ਨੂੰ ਭੇਜ ਕੇ ਸਬਜ਼ੀਆਂ ਮੰਗਾਈਆਂ 2-3 ਖੀਰੇ ਦੇ ਲਿਫਾਫੇ ਮੰਗਾਏ 2 ਬਤਾਊਆਂ ਦੇ ਮੰਗਾਏ 2 ਘਈਏ ਦੇ ਮੰਗਾਏ ਇੱਦਾਂ ਸਮਾਨ ਵੀ ਨਾਲ ਦਿੰਦੇ ਰਹੇ ਸਮਾਨ ਵੀ ਦਿੰਦੇ ਰਹੇ ਬੱਚਿਆਂ ਨੇ ਖਾਣਾ ਵੀ ਸਾਡੇ ਹੀ ਬੱਚੇ ਨੇ ਉਹ ਜਦੋਂ ਤੁਸੀਂ ਮਿਲਣ ਜਾਂਦੇ ਸੀ ਕਿਸ ਤਰ੍ਹਾਂ ਬੱਚੇ ਨੇ ਕਦੋਂ ਕਦੋਂ ਮਿਲੇ ਕਿੱਦਾਂ ਇਹਨਾਂ ਨੇ ਜਦ ਅਸੀਂ ਮਿਲਣ ਗਏ ਇਹਨਾਂ ਨੇ ਪਹਿਲਾਂ 4 ਵਜੇ ਦਾ ਟਾਈਮ ਰੱਖਿਆ ਫਿਰ 5 ਵਜੇ ਦਾ ਟਾਈਮ ਰੱਖਿਆ ਫਿਰ 6 ਵਜੇ ਦਾ ਫਿਰ ਅਖੀਰੇ ਅਸੀਂ 7 ਵਜੇ ਵਿਦਿਆਲਾ ਦੇ ਮੂਹਰੇ ਆਪ ਹੀ ਪਹੁੰਚ ਗਏ ਤੁਸੀਂ ਤਾਂ ਇਸੇ ਪਿੰਡ 'ਚ ਰਹਿੰਦੇ ਹੋ ਜਿੱਥੇ ਤੁਹਾਡਾ ਵਿਦਿਆਲਾ ਨਜਾਇਜ਼ ਤੌਰ 'ਤੇ ਖੋਲਿਆ ਸੀ ਇਹ ਮਿਲ ਨਹੀਂ ਸੀ ਦਿੰਦੇ ਜੀ ਇਸ ਲੋਟ ਵੀ 45 ਦਿਨ ਤੋਂ ਪਹਿਲਾਂ ਅਸੀਂ ਮਾਂ ਪਿਓ ਦੀ ਮੀਟਿੰਗ ਨਹੀਂ ਕਰਨ ਦਿੰਦੇ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ 45 ਦਿਨ ਹੋ ਜਾਣਗੇ ਅਸੀਂ ਕਿਹੜਾ ਵੀ ਇੱਥੇ ਪੈਲ 'ਚ ਆ ਕਿਹੜਾ ਕੁ ਦੂਰ ਆ ਵੀ ਅਸੀਂ ਬੱਸ ਚੜ੍ਹ ਕੇ ਜਾਣਾ ਜਾਂ ਕਿਵੇਂ ਜਾਣਾ ਬੱਚੇ ਵੀ ਸਾਡੇ ਤਾਹੂ ਹੋਏ ਪੈ ਤੀ ਤੁਹਾਨੂੰ ਅਸੀਂ ਉਸ ਨੌਜਵਾਨ ਸਤਨਾਮ ਸਿੰਘ ਇੱਕ ਇਹਦੀ ਇੱਕ ਅਲੱਗ ਕਹਾਣੀ ਤੁਹਾਨੂੰ ਦੱਸ ਦਿੰਦੇ ਕਿ ਨਸ਼ੇ ਕਰਦਾ ਸੀ ਗਲਤ ਸੰਗਤੀ ਕਾਰਨ ਇਹ ਨੌਜਵਾਨ ਨਸ਼ੇ ਕਰਨ ਲੱਗ ਗਿਆ ਸੀ ਔਰ ਫਸਿਆ ਵੀ ਉਹਨਾਂ ਦੇ ਜਾਲ ਦੇ ਵਿੱਚ ਜਿਹੜਾ ਨਜਾਇਜ਼ ਤੌਰ 'ਤੇ ਨਸ਼ਾ ਮੁਕਤੀ ਦਾ ਕੇਂਦਰ ਖੋਲਿਆ ਸੀ ਬਾਹਰ ਲਿਖਿਆ ਸੀ ਗੁਰੂ ਕਿਰਪਾ ਵਿਦਿਆਲਿਆ ਲੋਕਾਂ ਨੂੰ ਭਰਮ 'ਚ ਰੱਖਿਆ ਵੀ ਅੰਦਰ ਅਸੀਂ
गुरबाणी ना धार्मिक ना जोड़ के असी लोगों नू नशा नौजवान नशा छुड़ाने, लेकिन अंदर तुसी ग्राउंड रिपोर्ट तो तुसी लाइव गल सुनी तस्वीर देखिया उस नौजवान की सतनाम सिंह दी। एक खास गल दिखाने तुसी एक मैं दिखाऊँगा एक लड़के वाल देखो दोबारा नौजवान वाल जिहड़ा चिट्टा लगांदा सी अज इस लड़के ने हुणी अज 15 तरीक है इस नौजवान ने जिहड़े चार आरोपी फड़े गए आ नशा मुक्ति केंद्र जिहड़ा नजायज़ तौर पर नशा मुक्ति केंद्र है गुरु कृपा विद्यालय के जिहड़े चार आरोपी अंदर इस टाइम जेल च बैठे है और एक नौजवान नूं तस्सीए दे के मारन दित्ता गया और ये नौजवान रब दा उस वाहेगुरु का शुकराना करदे अज इस लड़के ने अमृत छक लिया तो बहुत वड्डी गल है और उन्हां नौजवानां लई ये नौजवान अगे तो प्रेरित भी करेगा कि सब तो उच्चा दर बाबे नानक दा और गुरबाणी तो उपर कुछ नहीं है तो दोबारा कोशिश करांगे। ये अंदर गुरबाणी तुहानूं करवांदे सी कुछ कि नहीं करांदे? हाँ जी करवाउंदे सीगे गुरबाणी करदे तीन टाइम बाणी पढ़दे मारदे भी सी मारदे भी सीगे। तुहानूं कदे लग्गा भी ये धड़ते ज़्यादा सारे बच्चे कुड़ते सारे होर नौजवान भी कुड़ते हो किन्ने कु नौजवान जिहड़े कुड़ते मतलब बिचों जी पाँच छे सत्त पाँच छे जने छड़ के बाकी सारे कुड़ते 28 जने चो। हाँ जी कभी विरोध नहीं किया तुम लोगों ने? विरोध सर विरोध किमें कर देंगे जी उसकी डंडा फेरते जी असं ए भी कहें भी इन क्यों कुट रहे हो जी उसकी साढ़े डंडा फिर उन्होंने छड़ देंगे जी साढ़े डंडा फिर लाने जरा बचाण आता कुटन लग पाते दूजे छड़ा जी कोई एक दो बार अभी बोले हैं जी साढ़े डंडा फिर गया बोलना बंद कर। नौजवान की संदेशा देना चाहते हो भी नशा करना चाहिए इदा नजायज नजायज नशा मुक्ति केंद्र जाना चाहिए? नहीं जाना चाहिए नजायज अबला तो जी नशा करना ही नहीं चाहिए जी करते चुका है जी अपने भले लिए चुका है जी करते नहीं तो जी हूँ कई लोग मरते ने जी कई 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 लोग मरते ने जी। सतनाम सिंह ये नौजवान जिहड़ा गुरु कृपा जिहड़ा नजायज़ तौर पर इलीगल नशा मुक्ति केंद्र ना ते लोगों भ्रम पिंड वाले लोगों जिहड़े आस पड़ोस बीजा पायल खन्ने दे और लुधियाना दे लोगों बाहरों भी लोग आते सी लेकिन भ्रम इन्ना पैदा किया कि माँ प्यो सार लैन नहीं आते क्योंकि 45 दिन का वकफा दिता जाता है उस तो बाद भी बच्चों को मिलन दिता नहीं आता तस बड़ी तशद्दुद की जाती सी बच्चों के उपर कुटमार की जाती सी तो अज ये नौजवान जिहड़ा कुछ दिन पहला जो ये गुरु कृपा नशा मुक्ति केंद्र नजायज़ मैं बार बार नजायज़ वर्ड बना कि कुछ यदा मैं असी तुहानू लुधियाना दे सिविल सर्जन डॉक्टर हरतिंदर कौर सोहल की असी गलबात की इस बारे और जिहड़े पुलिस ने अपने DSP ने बयान भी दिते है भी ये नजायज़ तौर पर जिहड़ा खोलिया गया सी लोगों नू भी इदां दे जिहड़े नशा मुक्ति केंद्र खोलदे आ उहदी पहला प्रशासन नू इतलाह देनी चाहीदी कि और जानकारी हासिल करनी चाहीदी जिला प्रशासन को कि ये नशा मुक्ति जिहड़े केंद्र खुले आ कि ये जायज़ है कि ये गौरमेंट वालों अपरूव्ड है कि प्रशासन नू इन्हां नशा मुक्ति केंद्र बारे जाणू है तो ये नौजवान अज नशे छड़ के अज अमृतधारी बनिया क्योंकि दो दिन के समय च ये बंदे ने सिक्ख्या लिती है इदा के जो नजायज़ तौर पर नशा मुक्ति केंद्र होंगे और नौजवानों एक प्रेरणा स्रोत बन सकता है नौजवान क्योंकि अमृत छक लिया इस तो वड्डी उपर गल नहीं हो सकती तो पिंड के होर भी लोग सारी किस्सा देखते हो पिंड दे विच पिंड के लोग बड़े इकट्ठे होंगे मिलनसार होंगे इदा के नजायज़ जड़े नशा मुक्ति केंद्र खुल जाते हैं और नौजवानों जो असी लोग अपने माँ प्यो बच्चे है बच्चों बचाने वास्ते इदा के केंद्र भेजते हैं लेकिन इदा के नशा मुक्ति केंद्र साढ़े बच्चों के तशद्दुद भी करते साढ़े को पैसा भी लुटते हैं और बच्चों ने कुटमा के फिर उदों की हालत कर देते हैं। बहुत माड़ी गल है जी असं तो ऐसे नजायज मानते सू तो पता ही नहीं थी भी ये मानता प्राप्त तक नहीं आ मेरे सामने लग गया मेरे मोटरसाइकिल से छड़ के आए हैं सूँ तो यह गल ही नहीं पता जी इन्ना पता हों फिर ये कदू छे बेचारे ये तो बार बार कहें भी साढ़े बच्चे कुछ नसद ना करो जब 45 दिन बाद मिलन गए ये तो जब आया बहर मैंने मैं पूछा भी तू उधर मिलन गए तो क्यों नहीं दसिया कहता मैंने इन्ने ही कुट मार के लैके आए थी भी मैं दस नहीं सकता सी भी नहीं फिर तेन कुटन गए मुंडले मुंडिया ने कहा भी तेरी क्लास लगनी है जी तू बिल्कुल चुप रहना नहीं तेन सारी रात फिर कुटन गए ये इन्ना सद किया। चार आरोपी फड़े गए जोड़े दोषी जोड़े ये गलत नशा मुक्ति केंद्र चलाते लोगों भ्रम च रखे नौजवान तशद्दुद करते रहे की लोगों कहना चाहते हो प्रशासन की अपील तुहाडे वल्लों तुहाडे पिंड वाले वल्लों इदां दे
लोगों की की कार्रवाई होनी चाहिए? मैं तो पहला यह सोचना जी हेल्थ महकमे ने मेला तो देखना चाहिए जी आके इतने बाकी पुलिस को भी देखना चाहिए भी इतनी यह होनी चाहिए। अपना फर्ज बनता साडे लोगों का फर्ज बन जो असं अपने बच्चे भेजते पहले वो इंक्वायरी भी होनी चाहिए पिछगिछ होनी चाहिए। ये तो पूरी होनी चाहिए जी पर मैंने पता मेरे भतीजा ही लगता मेरा मतलब ये कहता मैंने तो पता ही नहीं मैं पूछा कहता बिल्कुल ठीक ठाक है ये सब्जी भी देकर आते रहे हो रहे हैं कणक का कणक भी देकर आया मैं मिलता रहा कहता भी नहीं कहता भी मैं तो ठीक ठाक लगता है जी। इदा के नशा मुक्ति केंद्र नजायज़ खुलते हैं कार्रवाई कि होनी चाहिए? ये तो बहुत माड़ा काम है जी मैं भी ये को आ जाता जी मैं पुछता रहा भी मुंडे का की हाल है कहना भी हले मुलाकात नहीं होने देंगे। हाँ जी अभी तो हम जो आने जाने ने पुछते गिणते हैं जी भी किमें ने किदां दी कार्रवाई होनी चाहिए इदां जिहड़े नजायज़ तौर पर नशा मुक्ति केंद्र खोलदे आ तुहाडा भी बच्चा सुनने च भी तुहाडा बच्चा भी सी कित्थे सी 2 तरीक नूं जी इन्हां ने इत्थे आया सीगा उह की नाम तुहाडे मुंडे दा की नाम सी पप्पू सीगा जी इसे नशा मुक्ति केंद्र हाँ जी इसे सीगा जी तुहानूं पता सी नशा मुक्ति केंद्र है नहीं मैनू इन्ना पता सीगा भी नशा मुक्ति केंद्र आ पर इन्ना नहीं मैनू पता सीगा भी इह मानता प्राप्त आ जां गैर मानता प्राप्त आ इत्थे आया सीगा वो जिहड़ा हरमीत आ उहदा डैडी कहिंदा भी मेरे बेटे नूं भी तू उत्थे छड्ड के आ मैनूं नशा छुड़ाऊ केंद्र च उत्थे लै गया इहनूं 2 तरीक नूं 2 जून नूं उत्थों फड़ के अंदर कर लिया। बाद दे विच मेरे तों इन्हां ने 13,000 प्लस हाँ 13,000 रुपया होर मंगदे सी 13,000 मेरे तों लै लिया इन्हां ने ते अंदर मेरा बेटा दसदा सीगा भी कसूरवार तो हैगा कल्ला हरमीत गिल गिल बाबा कहिंदे ने जिहनूं जिहड़े होर 4 फड़े ने उह तां इक चमचे बने हुए सी उहनां दे उह सीनियर सीगे जिहनी 3-3 महीनियां दे सीनियर सीगे जे बच्चे दसदे सीगे ना तां फिर उह बाबा आप की नाम सी हरमीत हरमीत कहिंदे सी हाँ हरमीत बाबा ही कहिंदे सी हाँ हरमीत प्लस उर्फ बाबा हाँ परनीत सीगा उर्फ बाबा वो फिर कुटदा सीगा नाले उन्हां तों कटवाउंदा सीगा है वो डरदे मारे कुटदे सीगे नहीं फिर उन्हां नूं कुटदा सीगा ये जिहड़े बच्चे 2-2, 3-3 महीने तों सीनियर बन जांदे सी फिर उन्हां दे टाउट बन जांदे सीगे जी उह सारी गल भी किसी ने दाल सब्जी वध खा ली रोटी वध खा ली जां किसी ने को माड़ी मोटी गलती हो जांदी बच्चे ने तां ना इह कहड़ा बहुत स्याणे ने कि नहीं ते इन्हां नूं बहुत कुटदे मारदे रहे ने जी बच्चों के ढूहियां ते हुण 4 आरोपी फड़े गए उन्होंने जिहड़ा नजायज़ तौर पर एक केंद्र खोलिया सी उन्होंने लोगों नूं भ्रम च रखिया पैसा भी लोगों को बच्चों को बच्चों तशद्दुद भी की पैसा भी लिता किस तरह की कार्रवाई तुसीं प्रशासन जानदे कि कार्रवाई होनी चाहिए इदां वर्गे लोगों के उपर इन्हां लोगों से तो कार्रवाई सर जी बहुत ज़्यादा सख्त होनी चाहिए आ पर परनीत के बाप से भी ओडियो कार्रवाई होनी चाहिए आ क्योंकि पैसे आ जिहड़ा रिकॉर्ड नूं मेनटेन करना आधार कार्ड लोगों के लैके आपके कब्जे च रखने जिन्हां नूं कहिंदे ने हलफिया बयान लैने देने वो सारा गिना परनीत का डैडी करता सी पैसा यही फड़ता सी ये ओडा ही गुनाहगार आ परनीत जिंदा 302 का परचा इत्थे भी बराबर होना चाहिए हैगा। ये लोग सी वो प्यो भी सन परिवार के जिहड़े इन्हां दे नौजवान पुत जिहड़े अपने बच्चे नूं बचाउण वास्ते यानी कि नशे तो मुक्ति दिलाउण वास्ते अपने बच्चे नूं इक नवीं जिंदगी देण वास्ते नशा मुक्ति केंद्र भेजते लेकिन इस तरह के नजायज़ गुरु कृपा विद्यालय नाम खोलिया गया सी जिहड़ा कद्दो रोड पायल दे विच लोगों नूं पता नहीं सी क्योंकि पिंड च वसे सी पिंड दे लोग समझदे सी वी इह जायज़ ही होगा लेकिन इन्हां नूं पता नहीं सी सिर्फ अपने बच्चों नूं बचाउण वास्ते नशे तो मुक्ति दिलाउण वास्ते इदां दे जिहड़े केंद्रां च भेजिया ते इह लोग जिद्दां दी नौजवान तशद्दुद कीती और एक नौजवान अमृतसर का अमनदीप सिंह नूं उसनूं मार के नैट सटा जबकि उहदी हजे तक लाश तक नहीं मिली 4 आरोपी पुलिस ने फड़ ले आ लेकिन 5वां हजे फरार आ होर भी दोषी इस मामले च हो सकदे आ तो पिंड वाले और इत्थे जिहड़े नौजवान दाखल सी अंदर उन्हां दे माता पिता दी एक प्रशासन अगे गुहार है कि इदां दे जिहड़े नजायज़ नशा मुक्ति केंद्र होर भी जगह ते खुल्ले आ प्रशासन चाहिदा भी सख्त तो सख्त कार्रवाई करके उन्होंने जेल के अंदर सटने ताकि वह दोबारा शहर के कस्बे में आके अपना दोबारा ये धंधा ना कर सकन ताकि इन्हां दे जिहड़े पुत है इन्हां दे सहारा बनते हैं वो इस दुनिया तो रुखसत ना हो जाए क्योंकि
इदा के लोग उन्होंने नौजवान पुत्र शरेआम मार देंगे। खैर साड़ी भी अपील है दैनिक सवेरा वालों भी इदा जे नजायज़ तौर पर नशा मुक्ति केंद्र है उन्होंने पुलिस प्रशासन तो कानून सख्त तो सख्त कार्रवाई करे जोड़े नजायज़ तौर पर खुले है। और दूसरी गल ये है भी नौजवानों भी चाहिए भी नशे वाल ना वधो, अपने माता पिता का कहना मनो और इस दलदल तो बच के अपने परिवार का अपनी नौजवानी संभालन। खैर यदा समा दसूगा इदा के जोड़े नजायज़ होर शहर खुले आ पुलिस प्रशासन सेहत विभाग इन्हों वर्गे होर नशा मुक्ति केंद्र किदा की कार्रवाई कर रहा है यहाँ हम समा दसूगा। लुधियाना के पायल के गुरु कृपा नशा मुक्ति केंद्र एक विद्यालय से जिथे अमृतसर के एक रहन वाले अमनदीप सिंह की एक साजिश तहत उसकी मौत हो जाती है। तो यहाँ मौत का मामला पूरा तूल पकड़ दिया। बेशक पुलिस ने इस मामले संबंधी चार दोषियों गिरफ़्तार किया लेकिन कितना कितने इदा के जड़े नजायज़ नशा मुक्ति केंद्र जोड़े शहर खुले है कस्बे खुले हैं कितना कितने पुलिस प्रशासन सिविल प्रशासन की नक् थले गलत काम करते हैं। तो प्रशासन हूँ पूरी तरह मुस्तैद हो चुका है और इदा के जोड़े नशा मुक्ति केंद्र जोड़े नजायज़ तौर चलते उन्होंने पुलिस सिविल प्रशासन ने अपनी कमर कस ली है। तो आने वाले समय से इन नशा मुक्ति केंद्र हूँ लगातार हूँ रेड की जाएगी। तुम दस दिए कि पायल ने जोड़ा नशा मुक्ति केंद्र गुरु कृपा ये सोशल मीडिया का अपना एक पब्लिसिटी करता से जिथे लोगों गुमराह करके उत्थे जोड़े लोग नशा करते नौजवान उन्होंने इस नशा मुक्ति दाखिल कराने वास्ते प्रेरित करते लेकिन कितना ना कि ये लोग इदा के बंद तस्सीए करके उन्होंने मारन दियाँ खबर आम मिलती सी लेकिन जोड़ा ये मामला हैगा गुरु कृपा विद्यालय पायल का हम तूल पकड़ा जा रहा। आओ गलबात करते हैं लुधियाना के सिविल सर्जन डॉक्टर हरतेंद्र कौर सोलना स्वागत है दैनिक सवेरा टीवी। हाँ जी मैडम, किस तरह गुरु कृपा नाम का विद्यालय से पायल के एक अमृतसर का लड़का नौजवान उसकी डैथ हो जाती है मार के किस तरह मार। इस तरह है कि इसकी जी अखबार के खबर छपी सी उसकी तहत डिप्टी कमिश्नर मैडम वालों भी सानू कहा गया मैसेज आया सी ते उस दे तहत असी 13 तरीक नू गुरु कृपा जेड़ा विद्यालय है उसकी असी एक टीम बनाई जिदे विच साडे साइकैट्रिस्ट सीगे नाल SMO सीगे साडे पायल और मैडिकल अफसर सी पायल तो और जेड़े कंसर्नड ASI सीगे पुलिस स्टेशन दे वह भी नाल सन। ये टीम ने जदों उत्थे 13 तरीक नू इंस्पैक्शन की तो उत्थे वाला जेड़ा सेंटर सी वह ताला लग्या होया पाया गया पुलिस वालों ताला खोलिया गया तो अंदर जिहड़ा हैगा वो सारा चैक किया गया। अंदरों जो भी इंस्पैक्शन रिपोर्ट है कोई इस तरह की दवाई या होर कोई इस तरह की चीज़ कोई बरामद नहीं हुई। उसकी जो इंस्पैक्शन रिपोर्ट है वो असी बना के जेडे साडे SMO साहिबान ने उन्होंने मैनू भी भेजी है तो मैं उन्होंने फॉरवर्ड करांगी अगे भी डिप्टी कमिश्नर मैडम नू ते CP सर नू और कंसर्नड SDM जिहड़े हैगे आ पायल दे उन्होंने भी जिहड़े साडे SMO उन्होंने वालों भेजी गई। पर जदों साडी टीम उत्थे गई इंस्पैक्शन वेले उस वेले उत्थे कोई भी जो है बंदा नहीं सी ते ना ही कोई एडिक्ट सन और वो ताला लग्या होया सी। मानते भी इलीगल तौर पर कि रजिस्टर्ड नहीं सी इलीगल चल रहा है कि कोई अप्रूव सी क्योंकि हर नशा मुक्ति केंद्र डिपार्टमेंट वालों भी परमिशन लेनी पैंती है कुछ हेल्थ डिपार्टमेंट लेनी पी चंडीगढ़। हाँ जी जो मतलब साढ़े को रजिस्टर्ड सेंटर हैं उन्होंने साढ़े को एक प्रॉपर लिस्ट होंगी है शहर की साढ़े सारे जिले की तो उदे विच ए वाला सेंटर रजिस्टर्ड नहीं सन पर क्योंकि साड़ी इंस्पेक्शन रिपोर्ट उस वेले सानू उत्थे कोई भी एडिक्ट नहीं लभ्या तो असी उस हिसाब नाल इंस्पेक्शन रिपोर्ट ही बनाई है। जो सेहत विभाग का रोल हुंदा है वो इन्ना ही हुंदा है कि उत्थे इंस्पेक्शन वेले पहले उदे कागज़ चैक करने कि इज़ इट अ रजिस्टर्ड सेंटर। दूसरा जो उत्थे कोई मरीजों का कोई इलाज या डी एडिक्शन का कोई प्रोग्राम चल रहा है उसके बारे इंस्पेक्शन करके अपनी रिपोर्ट देनी। अगली जिहड़ी अगलेरी कार्रवाई है वो पुलिस वालों की जाती है। इस दे तहत असी कल भी ये भी सानू डिप्टी कमिश्नर मैडम वालों ही सूचना मिली सी कि एक होर अनरजिस्टर्ड डी एडिक्शन सेंटर जड़ा हैगा इत्थे खन्ने दे कोल है बाऊ माजरा उत्थे है उत्थे भी साड़ी टीम ने इदा ही कल SMO मानूपुर दे अंडर साइकैट्रिस्ट नू नाल लैके इंस्पैक्शन की गई है। उत्थे भी 29 जड़े इनमेट सन उत्थे हैगे सन उहदी संबंधी इंस्पैक्शन रिपोर्ट भी असी बना के जड़ी हैगी SDM नू ते मैनू जदों आएगी तो CP सर नू ते मैडम नू मैं अगे फॉरवर्ड करांगी।
वो जिहड़ी रिपोर्ट दे बेसिस ते जो अगलेरी कार्रवाई है वो प्रशासन वालों ते पुलिस वालों की जाएगी। सो मैं इस माध्यम तो सारयां नूं यही दसना चाहनी हाँ कि सेहत विभाग का जो रजिस्टर्ड सेंटर हन असी उन्हां दी रेगुलर इंस्पैक्शन करते हाँ। जे कितों भी सानूं कोई शिकायत मिलती है कि उत्थे कोई डी एडिक्शन सेंटर चल रहा है तां उत्थे असी जरूर अपनी इंस्पैक्शन टीम भेज के जो बनदी इंस्पैक्शन की रिपोर्ट है वो असी जिहड़े इदारे हन उन्हां नूं भेज दिंदे हाँ। सो ये सन सिविल सर्जन डॉक्टर हतिंदर कौर सोहल जी, और जिहड़ा दस दिए कि जिन्हें भी जिले लुधियाना में नशा मुक्ति केंद्र होंगे उन्होंने जी रजिस्ट्रेशन होंगी है वो सिविल सर्जन ऑफिस डिपार्टमेंट होंगी है। अगर उन्होंने को ये लिस्ट नहीं होंगी तो यह तो मनन वाली गल है कि ये नशा मुक्ति केंद्र होंगे नजायज़ तौर चलते, तो लोगों को अपील करते भी इदा जे इलीगल जे नजायज़ तौर पर जोड़े नशा मुक्ति केंद्र इलाके कस्बे खोले हैं उसकी शिकायत तुरंत पुलिस विभाग इस सिविल सर्जन दफ्तर में दी जाए ताकि कोई भी ऐसा नौजवान अपनी माँ का पुत अपनी जान तो ना जा सके। कैमरामैन बॉबीना संदीप शर्मा, दैनिक सर टीवी लुधियाना।